ਕਿਸਾਨ ਵੀਰਾਂ ਨੂੰ ਬਹੁਤ ਖਤਰ ਹੈ ਇਹ ਚੀਜ਼ ਦਾ ਹਾਂਜੀ ਬਾਈ ਜੀ ਇੱਕ ਇਹ ਨਵੀਂ ਬਿਮਾਰੀ ਫੈਲ ਰਹੀ ਹੈ ਬਾਈ ਬਹੁਤ ਖਤਰਨਾਕ ਬਿਮਾਰੀ ਹੈ ਇਹ ਕਹਿੰਦੇ ਜੇ ਇਹ ਠੀਕ ਹੋ ਜੇ ਤਾਂ ਬਾਈ 3-4 ਦਿਨਾਂ ਚ ਵੀ ਠੀਕ ਹੋ ਸਕਦੇ ਜੇ ਵੱਧ ਫੈਲਦੀ ਹੈ ਤਾਂ 14-15 ਦਿਨਾਂ ਤੱਕ ਇਹ ਬਿਮਾਰੀ ਜਾ ਸਕਦੀ ਹੈ ਕਹਿੰਦੇ ਜਿਆਦਾ ਥੋੜਾ ਨੁਕਸਾਨ ਵੀ ਕਰ ਸਕਦੀ ਹੈ ਇਹ ਆਈ ਫਲੂ ਕਹਿੰਦੇ ਨੇ ਇਹਨੂੰ ਬਾਈ ਬਹੁਤ ਜਿਆਦਾ ਤੁਸੀਂ ਵੀ ਦੇਖ ਰਹੇ ਹੋ ਨੇ ਪਿੰਡਾਂ ਚ ਘਟੋ ਘਟ 3-4 ਜਣਾਂ ਨੂੰ ਆਪਣੇ ਵੀ ਨੇੜ ਤੇ ਜਿਹੜੇ ਇਹ ਬਿਮਾਰੀ ਜਿਹੜੀ ਹੋਈ ਬਾਈ ਇਹ ਹਵਾ ਰਾਹੀਂ ਜਾਂ ਲਾਲ ਹਮਸ ਜਿਹੜਾ ਮੌਸਮ ਹੈ ਉਹਦੇ ਹਿਸਾਬ ਨਾਲ ਜਾਂ ਪਾਣੀ ਕਰਕੇ ਹੋ ਸਕਦਾ ਹੈ ਕਈ ਵੀਰ ਕਹਿੰਦੇ ਨੇ ਵੀ ਹੜਾਂ ਆਰੇ ਹੜਾਂ ਵਾਲੇ ਇਲਾਕਿਆਂ 'ਚ ਹੀ ਆਈ ਇਹ ਹੜਾਂ ਵਾਲੇ ਇਲਾਕਿਆਂ 'ਚ ਜ਼ਰੂਰੀ ਨਹੀਂ ਬਈ ਇਹ ਬਹੁਤ ਕਿਤੇ ਵੀ ਜਿੱਥੇ ਹੜ੍ਹ ਵੀ ਨਹੀਂ ਆਏ ਉੱਥੇ ਵੀ ਇਹ ਬਿਮਾਰੀ ਆ ਰਹੀ ਹੈ ਕਿਸਾਨ ਵੀਰਾਂ ਨੂੰ ਬਹੁਤ ਖਤਰਾ ਇਹ ਚੀਜ਼ ਦਾ ਜਿਹੜੇ ਕੰਮ ਕਰਦੇ ਬਾਹਰ ਨਿਕਲ ਜਾਂਦੇ ਉਹਨਾਂ ਨੂੰ ਬਹੁਤ ਖਤਰੇ ਦੀ ਚੀਜ਼ ਆ ਕਿਸਾਨ ਵੀਰਾਂ ਨੂੰ ਕਿਵੇਂ ਆਪਾਂ ਉਹ ਵੀ ਦੱਸਾਂਗੇ ਬਾਈ ਤੇ ਇਹ ਤੋਂ ਬਚਣਾ ਤੁਸੀਂ ਕਿਵੇਂ ਆ ਉਹ ਵੀ ਦੱਸਾਂਗੇ ਕਿਉਂਕਿ ਅੱਖਾਂ ਦੀ ਬਿਮਾਰੀ ਬਈ ਇਹ ਬਹੁਤ ਖਤਰਨਾਕ ਬਿਮਾਰੀ ਚ ਫੈਲ ਜੇ ਤੁਹਾਡੀਆਂ ਅੱਖਾਂ ਦਾ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਕਿਸਾਨ ਵੀਰਾਂ ਨੂੰ ਇਹ ਕਿਵੇਂ ਫੈਲਦੀ ਹੈ ਆਪਾਂ ਪਹਿਲਾਂ ਉਹ ਦੱਸਦੇ ਆਂ ਬਈ ਤੁਸੀਂ ਖੇਤ ਚ ਕੋਈ ਵੀ ਸਪਰੇਅ ਕਰਦੇ ਹੋ ਬਈ ਜਾਂ ਕੋਈ ਵੀ ਫੰਗੀ ਸਾਈਡ ਪਾਉਂਦੇ ਜਦੋਂ ਰੇ ਚ ਮਿਲਾ ਕੇ ਕਿਵੇਂ ਵੀ ਤੁਸੀਂ ਪਾਉਂਦੇ ਉਹ ਤੁਹਾਡੀ ਅੱਖਾਂ ਚ ਜ਼ਖਮ ਕਰਦੇ ਨੇ ਜਦੋਂ ਤੁਹਾਡੀਆਂ ਅੱਖਾਂ ਚ ਜ਼ਖਮ ਹੋ ਗਏ ਤਾਂ ਇਹ ਤੁਹਾਨੂੰ ਮਤਲਬ ਕਿ 2-3 ਘੰਟੇ ਚ ਤੁਹਾਡੇ ਤੇ ਬਿਮਾਰੀ ਹਮਲਾ ਕਰ ਦੋਈ ਬਈ ਕਿਉਂਕਿ ਜੇ ਤੁਹਾਡੀ ਅੱਖ ਚ ਜ਼ਖਮ ਹੁੰਦਾ ਤਾਂ ਤੁਹਾਡੇ ਤੇ ਮਤਲਬ ਸਾਰਨ ਨਾਲ ਛੇਤੀ ਜਿਹੜਾ ਹਮਲਾ ਹੋਊਗਾ ਇਹ ਬਿਮਾਰੀ ਦਾ ਆਪਾਂ ਅੱਖ ਨੂੰ ਜਦੋਂ ਮਲਦੇ ਆ ਜੇ ਤੁਸੀਂ ਅੱਖ ਨੂੰ ਮਲੋਗੇ ਤਾਂ ਜ਼ਖਮ ਹੋਣਗੇ ਬਾਈ ਥੋੜਾ ਜਿਹੜਾ ਕਾਲਾ ਇਹ ਡੇਲਾ ਹੁੰਦਾ ਉੱਥੇ ਜ਼ਖਮ ਹੋਣਗੇ ਤਾਂ ਵੀ ਇਹ ਬਿਮਾਰੀ ਛੇਤੀ ਤੁਹਾਨੂੰ ਲੱਗੂਗੀ ਕਿਉਂਕਿ ਇਹ ਜ਼ਖਮ ਜਦੋਂ 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 ਥੋੜਾ ਵੀ ਜ਼ਖਮ ਹੋ ਜੇ ਬਾਈ ਇਹ ਤਾਂ ਕਰਕੇ ਛੇਤੀ ਫੈਲਦੀ ਹੈ ਇਹ ਬਿਮਾਰੀ ਇਹਦੀ ਇਹੀ ਇੱਕ ਕਮੀ ਹੈ ਵੀ ਜਦੋਂ ਤੁਸੀਂ ਅੱਖਾਂ ਨੂੰ ਮਲਦੇ ਹੋ ਉਦੋਂ ਜ਼ਿਆਦਾ ਨੁਕਸਾਨ ਕਰਦੀ ਹੈ ਬਾਈ ਅੱਖਾਂ ਨਾਲ ਮਲਿਓ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਤੇ ਕਿਸਾਨ ਵੀਰਾਂ ਨੇ ਜੇ ਕੋਈ ਵੀ ਫੰਗੀਸਾਈਡ ਪਾਉਣਾ ਹੈ ਕੁਝ ਵੀ ਪਾਉਣਾ ਹੈ ਹਾਜੀ ਬਾਈ ਤੁਸੀਂ ਮਤਲਬ 2-4 ਦਿਨ ਖੜ ਜੋ ਕਿਉਂਕਿ ਬਿਮਾਰੀ ਬਹੁਤ ਜ਼ਿਆਦਾ ਫੈਲ ਰਹੀ ਹੈ ਇਹ ਇਹ ਤੋਂ ਬਚਣ ਵਾਸਤੇ ਕਈ ਵੀਰ ਕੀ ਕਰਦੇ ਆ ਬਾਈ 1-2 ਰੁਪਿਆ ਦਾ ਕੈਪਸੂਲ ਜਾਂਦਾ ਇੱਕ ਉਹ ਪਾਲਾਂ ਦੇ ਨੱਖਾਂ ਚ ਉਹ ਨਾ ਬਾਈ ਪਾਈਓ ਉਹਦੇ ਨਾਲ ਤੁਹਾਡੀਆਂ ਅੱਖਾਂ ਨੂੰ ਬਹੁਤ ਨੁਕਸਾਨ ਹੋਊਗਾ ਬਿਮਾਰੀ ਜ਼ਿਆਦਾ ਫੈਲੂਗੀ ਤੁਸੀਂ ਜੇ ਕੁਝ ਪਾਉਣਾ ਵੀ ਹੈ ਬਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਪਾਉਣਾ ਆਈ ਡ੍ਰੌਪ ਇਹ ਪਾਣੀ ਤੁਸੀਂ ਅੱਖਾਂ 'ਚ ਉਹ ਵੀ ਐਂਟੀਬਾਇਓਟਿਕ ਜਿਹੜੀ ਮਤਲਬ ਇਹਦੇ ਵਾਸਤੇ ਸਪੈਸ਼ਲ ਬਣੀ ਹੈ ਉਹ ਵੀ ਡਾਕਟਰ ਦੀ ਸਲਾਹ ਤੋਂ ਬਣਾਨੀ ਪਾਣੀ ਕਰਨੀ ਚਾੱਕ ਕੇ ਆਪਾਂ ਪਾਲਾ ਨੇ ਕੋਈ ਨਾ ਕੋਈ ਦਵਾਈ ਉਹ ਵੀ ਨਹੀਂ ਪਾਣੀ ਇੱਕ ਬਈ ਜਿਹੜੇ ਜਵਾਕ ਸਕੂਲ 'ਚ ਵੜਦੇ ਜਿਹੜੇ ਬੱਚੇ ਸਕੂਲਾਂ 'ਚ ਪੜ੍ਹਦੇ ਆ ਉੱਥੇ ਇਹ ਬਿਮਾਰੀ ਬਹੁਤ ਜ਼ਿਆਦਾ ਫੈਲ ਸਕਦੀ ਕਿਉਂਕਿ ਜਿੱਥੇ ਕੱਠ 'ਚ ਕੋਈ ਵੀ ਰਹਿੰਦਾ ਕਿਤੇ ਵੀ ਕੱਠ 'ਚ ਰਹਿੰਦੇ ਨੇ ਜਵਾਕ ਨੇ ਚਾਹੇ ਕੋਈ ਵੱਡੇ ਨੇ ਉੱਥੇ ਬਿਮਾਰੀ ਛੇਤੀ ਫੈਲੂਗੀ ਤੁਸੀਂ ਆਪਣੇ ਸਕੂਲ 'ਚ ਜਾਓ ਬੱਚਿਆਂ ਦੇ ਮਤਲਬ ਜਿਹੜੇ ਮਾਪਿਆਂ ਨੂੰ ਨਾਉਣਾ ਚਾਹੀਦਾ ਸਕੂਲ 'ਚ ਜਾਓ ਜੇ ਕਿਸੇ ਬੱਚੇ ਨੂੰ ਥੋੜੀ-ਮੋਟੀ ਇਹ ਬਿਮਾਰੀ ਸ਼ੋਅ ਹੁੰਦੀ ਹੈ ਬਈ ਤਾਂ ਉਹ ਬੱਚ ਉਹਦੇ ਮਾਪਿਆਂ ਨੂੰ ਬੁਲਾਓ ਕਿਉਂਕਿ ਅੱਗੇ ਵੀ ਉਹ ਬੱਚੇ ਨੂੰ ਫਲਾ ਸਕਦਾ ਹੈ ਜੇ ਕਿਸੇ ਇੱਕ ਦੋ ਬੱਚਿਆਂ ਨੂੰ ਕਲਾਸ 'ਚ ਹੋ ਗਿਆ ਤਾਂ ਸਾਰੇ ਨਹੀਂ ਹੋਊਗਾ ਬਾਈ ਇਹ ਚੀਜ਼ ਲਿਖ ਕੇ ਲੈ ਲਓ ਮੇਥੋਂ ਬਿਮਾਰੀ ਸਾਰਿਆਂ 'ਚ ਫੈਲੂਗੀ ਫੈਲੂਗੀ ਇਹਦਾ ਇਲਾਜ ਇਹੋ ਹੀ ਹੈ ਬਾਈ ਮਤਲਬ ਟੱਚ 'ਚ ਨਾ ਜਾਓ ਕਿਸੇ ਦੇ ਵਾਲਾ ਦੂਜੇ ਦੇ ਹੱਥ ਨਾਲ ਮਲਾਓ ਹੱਥ ਸਾਫ਼ ਰੱਖੋ ਸੈਨੀਟਾਈਜ਼ ਕਰੋ ਬਈ ਹੱਥਾਂ ਨੂੰ ਤੇ ਬਾਹਰ ਇਕੱਠਾਂ ਨਹੀਂ ਸਮਾਤੇ ਨਾ ਜਾਓ ਇਲਾਜ ਇਹਦਾ ਬਾਈ ਤੁਸੀਂ ਆਪਣੇ ਆਪ ਹੀ ਕਰਨਾ ਕਰੇ ਚਾਕੇ ਕੋਈ ਵੀ ਦਵਾਈ ਨਹੀਂ ਪਾਉਣੀ ਅੱਖਾਂ 'ਚ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਦਵਾਈ ਨਹੀਂ ਪਾਉਣੀ ਬਈ। ਟੀ ਵਾਇਟ ਇੱਕ ਦਵਾਈ ਲੈ ਲਓ ਡਾਕਟਰ ਤੋਂ ਆਈ ਡ੍ਰੌਪ ਜਿਹੜੀ ਅੱਖਾਂ 'ਚ ਪਾਉਣ ਵਾਲੀ ਦਵਾਈ ਹੁੰਦੀ ਹੈ ਉਹ ਲੈ ਲਓ। ਤਾਂ ਤੁਸੀਂ ਇਹ ਤੋਂ ਬਚ ਸਕਦੇ ਹੋ ਕਿਉਂਕਿ ਜੇ ਤੁਸੀਂ ਪਹਿਲਾਂ ਇਲਾਜ ਕਰ ਲਓ ਤਾਂ ਤਿੰਨ ਦੋ ਜੋ ਤਿੰਨ ਦਿਨਾਂ ਦੇ ਵਿੱਚ ਠੀਕ ਹੋ ਜਾਂਦੀ ਹੈ। ਜੇ ਤੁਸੀਂ ਇਹਦਾ ਵਾਦਾ-ਵਧਾ ਲੈ ਤਾਂ 14-15 ਦਿਨਾਂ ਤੱਕ ਜਾ ਕੇ ਤੁਹਾਡੀਆਂ ਅੱਖਾਂ ਵੀ ਖਰਾਬ ਹੋ ਸਕਦੀਆਂ ਨੇ। ਕਿ ਠੀਕ ਹੈ ਦੋਸਤੋ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਤਾਂ ਜੋ ਹਰ ਇੱਕ ਕੋਲੇ ਇਹ ਵੀਡੀਓ ਪਹੁੰਚ ਜਾਏ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਬਚ ਕੇ ਰਹੋ ਬਿਮਾਰੀ ਤੋਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਬਈ।